खैर ये बहुत बड़ा विषय है तो बहुत कहा जा सकता है पर पिछे जब इतने चोण हुई तो सारे ने देखा मैंने एक गल याद होती है उदो भी पिछली 2002 जो चोण हुई उदो असी कैप्टन अमरिंदर सिंह सपोर्ट किया उन्हें कहा कि सा 2001 झोने की फसल जी चोण तो पहला से तीन साल अभी देखा धागे झोने लेके फिर पटियाले वाला धागा दिता मैं तुहाडे लई आसमानो तारे तोड़ के दे दूं कि मैं विश्वास करिए पिछली बारी तां तू जिहड़े वादे कीते सी पूरे नहीं कीते इवें जिवें एक चिट्ठी मैं सुखबीर सिंह बादल नूं लिखी इन्हां ने पिछली बारी 2009 च सोका पै गया 2% परसों चौथे बधा दे 1050 करोड़ रुपया तुहाडे कोलों बिजली दे बिलां च लै लिया हाले 7% बिजली दे बिल होर वधाउण वास्ते इन्हां दी इक अपील स्टेट रेगुलेटरी कमिशन कोल पई आ अपने अधिकारी संघ नूं अपील करदे ने उत्ते पटीशन फाइल करदे ने उहदे कोल 7% होर वधाउण दी पई है ਕੋਲੋਂ ਕੀ ਕਹਿੰਦੇ ਹੋ ਕੋਈ ਤਾਂ ਸਾਡੇ ਕੋਲੋਂ ਜਾਂਦੇ ਹੋ ਭਾਰ ਸਾਡੇ ਤੇ ਪਾਈ ਜਾ ਰਹੇ ਹੋ ਕਰਜ਼ਾ ਮਾਫ਼ੀ ਕਿਹੜੀ ਕਰਦੀ ਸਾਡੇ ਪੱਲੇ ਤਾਂ ਕੋਈ ਪਿਆ ਨਹੀਂ ਤੋ ਇਹੋ ਜਿਹੇ ਕੁਝ ਮਸਲੇ ਨੇ ਜਿਹੜੇ ਜਦੋਂ ਅਸੀਂ ਆਮ ਕਿਸਾਨ ਜਿਹੜਾ ਉਹ ਖੇਤੀ ਕਰਦਾ ਹੈ ਉਹਦੀ ਬਰੀਕੀ ਨਾਲ ਉਹਦੀ ਉੱਥੇ ਅੱਖ ਨਹੀਂ ਹੁੰਦੀ ਸਾਡੀ ਇਹਦੇ 'ਤੇ ਨਿਗਾਹ ਇਹਦੇ ਲਈ ਹੁਣ ਇਹ ਬਜਟ ਸੈਸ਼ਨ ਹੈ ਉੱਥੇ ਅਕਾਲੀ ਦਲ ਵਾਲਿਆਂ ਨੇ ਵੀ ਇਹਨਾਂ ਨੇ 20 ਤਰੀਕ ਨੂੰ ਕਰਨਾ ਅਸੀਂ ਸੋਚਿਆ ਵੀ ਚਲੋ ਇਹਨਾਂ ਨੂੰ 20 ਨੂੰ ਕਰ ਲੈਣ ਇਹ ਤਾਂ ਫਿਰ ਸਿਆਸੀ ਗੱਲ ਹੋ ਜਾਣੀ ਹੈ ਉੱਠ ਕੇ ਆ ਜਾਣਗੇ ਪਤਾ ਨਹੀਂ ਇਹਦੇ ਪਿੱਛੇ ਕੀ ਹੋਊਗੀ ਚਲੋ ਕੋਈ ਕਰਦਾ ਚੰਗੀ ਗੱਲ ਹੈ ਪਰ ਅਸੀਂ 22 ਤਰੀਕ ਤੋਂ ਅਣਮਿੱਥੇ ਸਮੇਂ ਦਾ ਧਰਨਾ ਉੱਥੇ ਰੱਖ ਦਿੱਤਾ ਚੰਡੀਗੜ੍ਹ ਅਸੀਂ ਉਹਨੂੰ ਕਿਹਾ ਵੀ ਸਾਨੂੰ ਕੈਲੰਡਰ ਦੇ ਤੂੰ ਕਿਹੜੀ ਤਰੀਕ ਨੂੰ ਕਿੰਨਾ ਮਾਫ਼ ਕਰੇਗਾ ਸਾਡੇ ਖਾਤਿਆਂ 'ਚ ਕਿਵੇਂ ਜ਼ਬਾਨੀ ਹਵਾ 'ਚ ਉਡਾ ਦੇਣਾ ਵੀ ਤੁਹਾਡਾ ਕਰਜ਼ਾ ਮਾਫ਼ ਖਾਤਿਆਂ 'ਚ ਕੋਈ ਮਾਫ਼ ਹੋਵੇ ਹੀ ਨਾ ਸਾਨੂੰ ਤਾਂ ਕਰਜ਼ੇ ਨੇ ਇੱਕ ਹੋਰ ਰਗੜਾ ਫੇਰਤਾ ਅਸੀਂ ਨਵੇਂ ਪੁਰਾਣੇ ਕਰ ਲੈਂਦੇ ਸੀ ਕਰਜ਼ੇ ਸਾਨੂੰ 3% ਵਿਆਜ ਦੇ ਵਿੱਚ ਰਿਆਇਤ ਮਿਲਦੀ ਸੀ ਜਿਹੜਾ ਸਮੇਂ ਸਿਰ ਨਵੇਂ ਪੁਰਾਣੇ ਕਰ ਲੈਂਦਾ ਸੀ ਉਹ 3% ਵੀ ਗਿਆ ਉਲਟਾ 2.5% ਪੈਨਲਟੀ ਪੈ ਗਈ 5.5% ਵਿਆਜ ਨਾਲ ਅਰਬਾਂ ਰੁਪਈਏ ਦੇ ਸੜਕ ਤੇ ਭਾਰ ਪੈ ਗਿਆ ਅਤੇ ਖੇਤੀ ਕਿਵੇਂ ਬਚੂ ਇੱਥੇ ਹੀ ਗੱਲ ਨਹੀਂ ਉਹਦੇ ਗੱਲ ਮੈਂ ਪਰਸੋਂ ਜਾ ਕੇ ਆਇਆ ਦਿੱਲੀ ਅੰਨਾ ਹਜ਼ਾਰੇ ਵੀ ਬੈਠਾ ਉਹ ਵੀ ਕਹਿੰਦਾ ਮੈਂ ਕਰਨਾ ਮੀਟਿੰਗ ਕਰਨੀ ਹੈ ਤੁਹਾਡੇ ਨਾਲ ਮੈਂ ਮੈਨੂੰ ਉਹਦੇ ਨਾਲ ਕੁਛ ਗਿਰੇ ਸੀ ਮੈਂ ਉਹਨੂੰ ਕਿਹਾ ਸੀ ਕਿ ਤੂੰ ਅੱਗੇ ਭੱਜ ਗਿਆ ਸੀ ਮੈਦਾਨ ਨੂੰ ਮੈਂ ਤੇਰੀ ਮੀਟਿੰਗ 'ਚ ਨਹੀਂ ਆਉਣਾ ਨਾ ਹਟੇ ਉਹਦੇ ਬੰਦੇ ਦਾਲੇ ਹੋ ਕੇ ਮੈਂ ਚਲਾ ਗਿਆ ਪਰਸੋਂ ਸਾਰੇ ਜਿੰਨੀਆਂ ਜਥੇਬੰਦੀਆਂ 50-60 ਇਕੱਠੀਆਂ ਹੋਈਆਂ ਉਹਨਾਂ 'ਚ ਮੈਂ ਉਹਨੂੰ ਕਿਹਾ ਵੀ ਅੰਨਾ ਹਜ਼ਾਰੇ ਜੀ ਮੈਂ ਨਹੀਂ ਸੀ ਤੁਹਾਨੂੰ ਕਿਹਾ ਮੈਂ ਬਾਹਰ ਦਾ ਸਾਡੀ ਇੱਕ ਮੀਟਿੰਗ ਸੀ ਉੱਥੇ ਗਿਆ ਹੋਇਆ ਸੀ ਤੁਸੀਂ ਮੈਨੂੰ ਅੱਡ ਬੁਲਾ ਕੇ ਕਿਹਾ ਮੇਰਾ ਪੰਜਾਬ 'ਚ ਕੋਈ ਪ੍ਰੋਗਰਾਮ ਰੱਖੋ ਅਸੀਂ ਰੱਖ ਲਿਆ 24 ਮਾਰਚ ਨੂੰ 4 ਸਾਲ ਪਹਿਲਾਂ ਅਸੀਂ ਖੰਨੇ 'ਚ ਪ੍ਰੋਗਰਾਮ ਰੱਖ ਲਿਆ ਮੈਨੂੰ ਪਤਾ ਨਹੀਂ ਕੀ ਹੋਇਆ ਮੈਨੂੰ 15 ਦਿਨ ਪਹਿਲਾਂ ਕਹਿੰਦਾ ਵੀ ਮੈਂ ਤਾਂ ਆਉਣਾ ਨਹੀਂ ਮੈਂ ਕਿਹਾ ਸੀ ਪ੍ਰਚਾਰ ਕਰਤਾ ਸਾਡੀ ਪੋਜੀਸ਼ਨ ਕੀ ਹੈ ਇਹ ਤਾਂ ਲੋਕ ਕਹਿਣਗੇ ਝੂਠ ਬੋਲਦੇ ਨੇ ਉਹ ਕਹਿੰਦਾ ਨਹੀਂ ਮੈਂ ਨਹੀਂ ਆਉਣਾ ਬੜੀ ਕੋਸ਼ਿਸ਼ ਕੀਤੀ ਨਾ ਮੰਨਿਆ ਮੈਂ ਪ੍ਰੈਸ 'ਚ ਡਿਕਲੇਅਰ ਕਰਤਾ ਵੀ ਅੰਨਾ ਹਜ਼ਾਰੇ ਨਹੀਂ ਆ ਜਾਣਾ ਕੋਈ ਭੁਲੇਖਾ ਨਾ ਰਹੇ ਸਾਡਾ ਇਕੱਠ ਹੋਊਗਾ ਅਸੀਂ ਆਪਣਾ ਇਕੱਠ ਕਰਾਂਗੇ ਉਹ ਨਹੀਂ ਆ ਰਿਹਾ ਫਿਰ ਪ੍ਰਧਾਨ ਮੰਤਰੀ ਇਹਨੇ ਰੱਖਤਾ ਪ੍ਰੋਗਰਾਮ ਖਟਕੜ ਕਲਾਂ ਵੀ ਮੈਂ ਉੱਥੇ ਆਊਂ ਮਗਰੇ ਪ੍ਰਧਾਨ ਮੰਤਰੀ ਨੇ ਰੱਖਤਾ ਮੈਂ ਇਹਨੂੰ ਕਿਹਾ ਫੋਨ ਕਰਕੇ ਵੀ ਅੰਨਾ ਹਜ਼ਾਰੇ ਜੀ ਤੁਹਾਡੇ ਇੱਥੇ ਆਉਣ ਦਾ ਦਬਾਅ ਇੰਨਾ ਖੜਾ ਹੋਇਆ ਵੀ ਮੋਦੀ ਆ ਰਿਹਾ ਖਟਕੜ ਕਲਾਂ ਤੁਸੀਂ ਪ੍ਰੋਗਰਾਮ ਰੱਖਿਆ ਅੱਛਾ ਮੋਦੀ ਆ ਰਿਹਾ ਮੈਂ ਕਿਹਾ ਹਾਂ ਮੈਂ ਥੋੜ੍ਹੀ ਦੇਰ ਨੂੰ ਦੱਸਦਾ 2 ਘੰਟੇ ਬਾਅਦ ਮੈਨੂੰ ਫੋਨ ਆਇਆ ਵੀ ਮੈਂ ਖਟਕੜ ਕਲਾਂ ਆਉਣਾ ਹੀ ਨਹੀਂ ਮੈਂ ਤਾਂ ਹੁਸੈਨੀ ਵਾਲੇ 'ਚ ਆਉਂਦਾ ਮੈਂ ਕਿਹਾ ਵੀ ਜੇ ਤੂੰ ਉੱਥੇ ਵੀ ਜਾਣਾ ਹੈ ਤੂੰ 23 ਤਰੀਕ ਨੂੰ ਆਉਣਾ 24 ਦਾ ਸਾਡੇ ਪ੍ਰੋਗਰਾਮ ਹੈ ਮੇਰੇ ਕੋਲ ਰਾਤ ਰਹੀ ਅਗਲੇ ਦਿਨ ਪ੍ਰੋਗਰਾਮ ਕਰਕੇ ਚਲਾ ਜੀ ਕਿਸਾਨਾਂ ਨੂੰ ਐਡਰੈਸ ਕਰਕੇ ਚਲਾ ਜੀ ਨਹੀਂ ਇਹ ਮੈਂ ਸੋਚ ਕੇ ਦੇਖੀ ਥੋੜ੍ਹੀ ਦੇਰ ਬਾਅਦ ਹੁਸੈਨੀ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਕੀ ਹੋਇਆ ਮਗਰ ਉਹ ਰਿਆਦੇ ਨੂੰ ਭਜਾਉਂਦਾ ਸੀ ਉਹਨੇ ਖੜਕੜ ਕਲਾਂ ਬਦਲ ਕੇ ਉਹਨੇ ਵੀ ਹੁਸੈਨੀ ਵਾਲਾ ਕਰਤਾ ਮੈਨੂੰ ਉੱਥੇ ਮੇਰਾ ਇੱਕ ਮਿੱਤਰ SSB ਲੱਗਿਆ ਸੀ ਉਹਦਾ ਫੋਨ ਆਇਆ ਵੀ ਰਾਜੇਵਾਲ ਜੀ ਤੁਹਾਡਾ ਪ੍ਰੋਗਰਾਮ ਇੱਥੇ ਉਹਨੂੰ ਸੀਗਾ ਵੀ ਸ਼ਾਇਦ
ਇਹਨਾਂ ਦੇ ਪ੍ਰੋਗਰਾਮ ਤੁਹਾਡਾ ਪ੍ਰੋਗਰਾਮ ਹੈ ਉਹਨੂੰ ਗੱਲ ਕਰੋ ਇਹਨਾਂ ਹਜ਼ਾਰੇ ਨੂੰ ਵੀ 1 ਵਜੇ ਤੱਕ ਤਾਂ ਜੋ ਮਰਜ਼ੀ ਕਰੀ ਜਾਇਓ ਉਹਦੇ ਬਾਅਦ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ 2 ਵਜੇ ਫਿਰ ਅਸੀਂ ਚਿੜੀ ਨਹੀਂ ਵਰਤਣ ਦੇਣੀ ਮੈਂ ਉਹਨੂੰ ਕਿਹਾ ਵੀ ਤੂੰ ਯਾਰ ਸਿੱਧੀ ਕਰਨਾ ਗੱਲ ਉਹ ਕਹਿੰਦਾ ਨਹੀਂ ਤੂੰ ਵੀ ਕਰ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਹੁਣ ਪ੍ਰਧਾਨ ਮੰਤਰੀ ਉੱਥੇ ਨੂੰ ਭੱਜ ਲਿਆ ਹੁਣ ਉਹ ਉੱਥੇ ਆ ਰਿਹਾ ਹੁਸੈਨੀ ਵਾਲੇ ਅੱਛਾ ਉੱਥੇ ਆ ਰਿਹਾ ਕਹਿੰਦਾ ਫਿਰ ਮੈਂ ਉੱਥੇ ਵੀ ਨਹੀਂ ਆਉਣਾ ਮੈਂ ਕਿਹਾ ਤੇਰੀ ਮਰਜ਼ੀ ਇਹ ਨਹੀਂ ਆਇਆ ਅਸੀਂ ਬਹੁਤ ਵੱਡਾ ਇਕੱਠ ਕਰਕੇ ਆਪਣਾ ਪ੍ਰੋਗਰਾਮ ਕੀਤਾ ਅਤੇ ਮੈਂ ਕਿਹਾ ਵੀ ਤੈਨੂੰ ਕੀ ਹੋਇਆ ਸੀ ਤੂੰ ਕਿਉਂ ਨਾ ਆਇਆ ਕਿਵੇਂ ਤੇਰੇ 'ਤੇ ਵਿਸ਼ਵਾਸ ਕਰੀਏ ਵੀ ਤੂੰ ਖੜੇਗਾ ਮੇਰੀ ਆਦਤ ਮੂੰਹ 'ਤੇ ਕਹਿ ਦੇਣ ਦੀ ਅਤੇ ਉਹਦੇ ਕੋਈ ਜਵਾਬ ਨਹੀਂ ਸੀ ਅਤੇ ਫਿਰ ਉਹ ਕਹਿੰਦਾ ਵੀ ਮੈਂ ਕਿਸਾਨਾਂ ਵਾਸਤੇ ਕੁਝ ਕਰਨਾ ਚਾਹੁੰਦਾ ਮੈਂ ਕਿਹਾ ਦੇਖ ਭਰਾ ਤੂੰ ਇੱਥੇ 5 ਸਾਲ ਬੜਾ ਹੈ ਉਹ 80 ਸਾਲਾਂ ਦਾ ਮੈਂ 75 ਸਾਲਾਂ ਦਾ ਕੋਈ ਬਹੁਤਾ ਫਰਕ ਹੈ ਨਹੀਂ ਮੈਨੂੰ ਹੋ ਗਏ 46-47 ਸਾਲ ਇੱਧਰ ਧੱਕੇ ਖਾਂਦੇ ਮੈਂ ਤਾਂ ਕਿਸੇ ਸਿਆਸੀ ਪਾਰਟੀ ਵੱਲ ਮੂੰਹ ਨਹੀਂ ਕੀਤਾ ਮੈਂ ਤਾਂ ਮੂੰਹ ਫਟਾ ਮੈਂ ਤੈਨੂੰ ਸਾਥ ਦਿੱਤਾ ਅਸੀਂ ਨਹੀਂ 22-23 ਨੂੰ ਹਾਂ ਅਸੀਂ 22 ਨੂੰ ਉੱਥੇ ਰੱਖਿਆ ਪਹਿਲਾਂ ਕੈਪਟਨ ਤੋਂ ਜਵਾਬ ਲੈ ਲਈਏ ਆਵਾਂਗੇ ਜਿਹੜਾ ਵੀ ਕਿਸਾਨ ਵੀ ਲੜਦਾ ਉਹਦੇ ਨਾਲ ਸਾਡੇ ਉਹ ਕਰਦੀ ਹੈ ਅਸੀਂ ਤੇਰਾ ਨੁਕਸਾਨ ਨਹੀਂ ਕਰਦੇ ਅਸੀਂ ਸਾਡਾ ਨੁਕਸਾਨ ਹੋ ਸਾਨੂੰ ਉੱਥੇ ਦੇ ਲੈਣ ਦੇ ਧਰਨਾ ਹਾਲੇ ਤੂੰ ਸ਼ੁਰੂ ਕਰ ਨਾਲੇ ਸਾਨੂੰ ਪਤਾ ਲੱਗ ਗਈ ਤੂੰ ਕੀ ਕਰਦੇ ਅਸੀਂ ਉੱਥੋਂ ਸਿੱਧਾ ਤੇਰੇ ਕੋਲ ਨੂੰ ਆਖਾਂ ਤੂੰ ਉਹ ਵੀ ਕਰ ਰਿਹਾ ਪਰ ਇੱਕ ਗੱਲ ਹੈਗੀ ਹੈ ਇਸ ਵੇਲੇ ਸਾਰੇ ਦੇਸ਼ ਵਿੱਚ ਖਲਬਲੀ ਮੱਚੀ ਪਈ ਹੈ ਕਿਸਾਨ ਜਿਹੜਾ ਸਾਰੇ ਦੇਸ਼ 'ਚ ਬਹੁਤ ਦੁਖੀ ਹੈ ਮਹਾਰਾਸ਼ਟਰ ਦੇ ਕਿਸਾਨਾਂ ਨੇ ਅਸੀਂ ਪਿਛਲੇ ਦਿਨੀ ਕਿਤੇ 2 ਦਿਨ ਦੀ ਆਲ ਇੰਡੀਆ ਕਨਵੈਨਸ਼ਨ ਸੱਦੀ ਚੰਡੀਗੜ੍ਹ 27-28 ਦੀ ਫਰਵਰੀ ਉੱਥੇ ਕੁਝ ਨੌਜਵਾਨ ਮਹਾਰਾਸ਼ਟਰ ਤੋਂ ਆਏ ਕਿਉਂਕਿ ਮੈਂ ਜਿਹੜੀ ਜਾਇਦਾਦ ਦੀ ਗੱਲ ਕਰਦੇ ਸੀ ਅਸਲੀਅਤ ਇਹ ਹੈ ਅਸੀਂ ਜਦੋਂ ਨੌਜਵਾਨ ਹੁੰਦੇ ਸੀ ਤਾਂ ਕੇਵਾਂ ਹੁੰਦਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਲੱਗਦਾ ਜੇ ਰਾਤ ਕੰਮ ਕਰੀ ਜਾਂਦੇ ਸੀ ਹੁਣ ਤਾਂ ਸੱਚੀ ਗੱਲ ਇਹ ਹੈ ਬਾਈਪਾਸ ਹੋਈ ਹੋਈ ਹੈ ਉਹਦੇ ਬਾਅਦ ਬਾਈਪਾਸ 'ਤੇ 13 ਸਾਲ ਬਾਅਦ ਸਟੰਟ ਵੀ ਪੈ ਗਏ ਅਤੇ ਹੁਣ ਸਰੀਰ ਜਿਹੜਾ ਨਾ 2060 ਪੇਜ ਦੀ ਰਿਪੋਰਟ ਹੈ ਸਵਾਮੀਨਾਥਨ ਕੀ ਕਹਿੰਦਾ ਬਹੁਤਿਆਂ ਨੂੰ ਪਤਾ ਹੀ ਨਹੀਂ ਸਿਰਫ ਇੱਕ ਗੱਲ ਪਤਾ ਹੈ ਵੀ ਲਾਗਤ ਖਰਚੇ ਜਮ੍ਹਾਂ 50% ਆਉਣ ਉਹ ਵੀ ਜਿਹੜਾ ਸੀਗਾ ਬਿੱਲੀ ਸਾਡੀ ਉਹ ਬਾਹਰ ਆ ਗਈ ਜਦੋਂ ਬਜਟ ਪੇਸ਼ ਕੀਤਾ ਰਣਜੀਤ ਨੇ ਕਹਿਤਾ ਅਸੀਂ ਤਾਂ 1.5 ਗੁਣਾ ਪਾ ਦਿੰਦੇ ਹਾਂ ਜੀ ਪਰ ਸਮਝ ਜੇ ਕਿਸੇ ਨੂੰ ਹੈ ਸਮਝ ਪਈ ਹੈ ਕੋਈ ਆਪਣੇ ਜਿਹੜੇ ਬੈਠੇ ਹੁਣ ਕਿਸਾਨ ਕਿੰਨੇ ਇਹ ਜਿਹੜੀਆਂ ਟਰਮਸ ਨੇ ਉਹ ਕਿਤੇ ਸਮਝਦੇ ਨੇ ਉਹ ਜੋ ਤੁਸੀਂ ਮੁੱਲ ਲੈ ਕੇ ਚੀਜ਼ਾਂ ਖਰੀਦ ਕੇ ਖੇਤੀ ਵਰਤਦੇ ਹੋ ਉਹ ਏ ਟੂ ਕੋਸਟ ਚਾਹੁੰਦੇ ਖਾਦ ਲੈਂਦੇ ਹੋ ਕੀੜੇ ਮਾਰ ਦਵਾਈ ਲੈਂਦੇ ਹੋ ਲੇਬਰ ਤੁਹਾਡੀ ਤੁਹਾਨੂੰ ਸਕਿੱਲਡ ਲੇਬਰ ਕਹਿੰਦੇ ਹੀ ਨਹੀਂ ਤੁਹਾਡੇ ਸਾਰੇ ਟੱਬਰ ਦੀ ਜਿਹੜੀ ਮਿਹਨਤ ਆ ਤੁਸੀਂ ਆਪ ਹੈਰਾਨ ਹੋਵੋਗੇ ਤੁਹਾਡੀ 200 ਘੰਟਾ 6 ਮਹੀਨਿਆਂ ਦੀ ਸਾਰੇ ਪਰਿਵਾਰ ਦੀ ਲੇਬਰ ਜਿਹੜੀ ਆ ਉਹ ਕਿਹੜੀ ਜਾਂਦੀ 200 ਘੰਟੇ ਕਹਿੰਦੇ ਅੱਜ ਕਿਸਾਨ 2 ਘੰਟੇ ਖੇਤ 'ਚ ਲੱਗ ਗਿਆ ਹੈ ਉਹਦੇ 2 ਘੰਟੇ ਲਾ ਗਏ ਅੱਜ ਉਹਨੇ 4 ਘੰਟੇ ਲਾਏ ਉਹਨੇ 4 ਘੰਟੇ ਲਾਏ ਸੀਜ਼ਨ ਖਤਮ ਹੋਏ ਅਤੇ ਉਹਨੇ 200 ਘੰਟਾ ਮਿਹਨਤ ਕੀਤੀ ਹੈ ਤੁਸੀਂ ਤਾਂ 6 ਮਹੀਨੇ ਕਮਲੇ ਹੋਏ ਰਹੇ ਕੋਟੀ 4-5 ਥੈਲੇ ਖਾਦਦੇ ਮਹਾਰਾਸ਼ਟਰ ਵਾਲੇ ਆਂਧਰ ਪ੍ਰਦੇਸ਼ ਵਾਲੇ ਪਾਉਂਦੇ ਨੇ 1 ਥੈਲਾ ਜਦ ਉਹਦੀ ਔਸਤ ਕੱਢਦੇ ਨੇ ਫਿਰ ਤੁਹਾਡਾ ਨੁਕਸਾਨ ਹੋ ਗਿਆ ਜਿਹੜੇ ਵੱਧ ਪਾਉਣ ਵਾਲੇ ਦੁਨੀਆਂ 'ਚ ਸਭ ਤੋਂ ਵੱਧ ਚਾਹਲ ਚੌਲਾਂ ਦਾ ਅਤੇ ਕਣਕ ਦਾ ਚੌਲਾਂ ਦਾ ਸਭ ਤੋਂ ਅੱਗੇ ਚੀਨ ਹੈ ਕਣਕ ਦਾ ਝਾੜ ਦੁਨੀਆਂ 'ਚ ਸਭ ਤੋਂ ਵੱਧ ਪੰਜਾਬ ਫੈਲੇ ਹੈ ਕੀ ਹੈ 1.5-2 ਲੱਖ ਰੁਪਈਆ ਤਨਖਾਹ ਮਿਲਦੀ ਹੈ ਉਹਨਾਂ ਦੀ ਆਮਦਨ ਖੇਤੀ ਦੀ ਆਮਦਨ ਨਹੀਂ ਹਾਂ ਕਿਉਂਕਿ ਤੁਹਾਡੀ ਵੋਟ ਬੈਂਕ ਬਹੁਤ ਵੱਡਾ ਹੈ ਤੁਹਾਡੀ ਗਿਣਤੀ ਬਹੁਤ ਹੈ ਇਸ ਕਰਕੇ ਤੁਹਾਡਾ ਲੋਨ ਲੈਣਾ ਪੈਂਦਾ ਉਹਨਾਂ ਨੂੰ ਅੱਜ ਫਸੇ ਹੋਏ ਹਾਂ ਗਾਂ ਤੋਂ ਇੱਕ ਮੈਂ ਹੋਰ ਤੁਹਾਡੀ ਜਾਣਕਾਰੀ ਨਹੀਂ ਦੱਸਦੇ ਹਾਂ ਹਾਲੇ ਪਰਸੋਂ ਚੌਕੀ ਉਹ ਇੰਸਟਰਕਸ਼ਨ ਦਿੱਤੀ ਉਹਨਾਂ ਨੂੰ ਕਹਿਤਾ ਵੀ ਨਹੀਂ ਹਾਲੇ ਰਹਿਣ ਦੋ ਪਹਿਲਾਂ ਹਦਾਇਤਾਂ ਜਾਰੀ ਹੋ ਗਈਆਂ ਸੀ ਵੀ ਇਸ ਵਾਰੀ ਕਣਕ ਜਦੋਂ ਖਰੀਦਣੀ ਹੈ ਇੱਥੇ ਕੁਛ ਲੋਕ ਕਹਿੰਦੇ ਸੀ ਵੀ ਸਿੱਧੀ ਪੇਮੈਂਟ ਉਹਨਾਂ ਨੂੰ ਇਹ ਨਹੀਂ ਪਤਾ ਸਿੱਧੀ ਪੇਮੈਂਟ ਤਾਂ ਕਰ ਦੇਣਗੇ ਉਹ ਪਰ ਸਿੱਧੀ ਪੇਮੈਂਟ ਦੀ ਆੜ 'ਚ ਤੁਹਾਡੀ ਮੰਡੀ ਖਤਮ ਕਰਨ ਲੱਗੇ ਉਹਨਾਂ ਨੂੰ ਤਾਂ ਚਾਹੀਦਾ ਉਹ ਕਹਿੰਦੇ ਕਾਰਪੋਰੇਟਸ ਨੂੰ ਦੇ ਦਿਓ ਮੰਡੀ ਵੀ ਆਪੇ ਉਹਨਾਂ ਦੇ ਕੋਲ ਮੱਥਾ ਮਾਰਦੇ ਫਿਰ ਮੋਦੀ ਕਹਿੰਦਾ ਈ ਮਾਰਕੀਟਿੰਗ ਕਰਨੀ ਹੈ ਹਰਿਆਣੇ ਵਾਲੇ ਸਾਰੇ ਈ ਮਾਰਕੀਟਿੰਗ ਵਾਲੇ ਨੇ 10-12 ਮੰਡੀਆਂ ਬਣਾ ਦਿੱਤੀਆਂ ਸਾਰੀਆਂ ਫੇਲ ਹੋਈਆਂ ਵਪਾਰੀ ਬੈਠਾ ਬੰਬੇ ਉੱਥੇ ਜੱਟ ਨੂੰ ਕਿਹੜੀ ਸਮਝ ਆਉਂਦੀ ਹੈ ਵੱਡਾ ਸਾਰਾ ਬੋਰਡ ਲੱਗਿਆ ਉਹਦੇ ਸਕਰੀਨ 'ਤੇ ਆਉਂਦਾ ਵੀ ਮੈਂ ਇਸ ਭਾਅ ਖਰੀਦੂ ਉਹਨੂੰ ਕੌਣ ਸਫਾਈ ਕਰੂ ਉਹਨੂੰ
ਕਿੱਥੇ ਸਪਲਾਈ ਕਰਨੀ ਹੈ, ਉਹਦੇ ਪੈਸੇ ਕਿਵੇਂ ਆਉਣੇ, ਇਹ ਹਾਲੇ ਕੋਈ ਨੈਟਵਰਕ ਨਹੀਂ। ਮੰਡੀ ਤੋੜਨ ਦੇ ਢੰਗ ਤਰੀਕੇ ਸੋਚੇ ਜਾ ਰਹੇ। ਸਾਡੇ ਆਹ ਮੁੱਖ ਮੰਤਰੀ ਨੇ ਇੱਕ ਮਾਰਕੀਟਿੰਗ ਐਕਟ ਮਨਮੋਹਨ ਸਿੰਘ ਦੇ ਵੇਲੇ ਤੋਂ ਤੋੜਨ ਨੂੰ ਕੋਸ਼ਿਸ਼ ਹੋ ਰਹੀ ਹੈ। ਅਸੀਂ ਉਹਦੇ ਤੇ ਅੜੇ ਹਾਂ, ਉਹ ਹੁਣ ਤੇ ਹੀ ਨਹੀਂ ਸੀ ਅਸੀਂ ਅਮੈਂਡਮੈਂਟ ਹੋਣ ਦਿੱਤੀ। ਇਹ ਭਲੇ ਮਾਨਸ ਨੇ ਕਿਸੇ ਨੂੰ ਪੁੱਛਿਆ ਹੀ ਨਹੀਂ। ਐਕਟ 'ਚ ਅਮੈਂਡਮੈਂਟ ਕਰਕੇ ਕਾਰਪੋਰੇਟ ਹਾਊਸਿਸ ਨੂੰ ਪੁਰਾਣੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ। ਹੁਣ ਇਹ ਤੁਹਾਡੇ ਕਪੂਰਥਲੇ ਜ਼ਿਲ੍ਹੇ ਇੱਕ ਕੰਪਨੀ ਨੂੰ ਇੱਥੇ ਟ੍ਰਾਇਲ ਦੇ ਤੌਰ 'ਤੇ 60,000 ਕਾਨੂੰਨ ਕਹਿੰਦਾ ਤੁਸੀਂ ਕਣਕ ਖਰੀਦ ਲਿਓ। ਅਡਾਨੀ ਨੇ ਤਲਵੰਡੀ ਪਾਈ ਦੇ ਕੋਲ ਮੌਕੇ 'ਤੇ ਅੱਗੇ ਸੜਕ ਦੇ ਉੱਤੇ ਹੀ, ਜਦੋਂ ਤੁਸੀਂ ਜਾਓ ਫਿਰੋਜ਼ਪੁਰ ਨੂੰ, ਸੜਕ ਦੇ ਉੱਤੇ ਬਹੁਤ ਵੱਡੇ ਸਾਈਲੋ ਬਣਾਏ ਹੋਏ ਨੇ, ਉਹਨੂੰ ਰੇਲਵੇ ਲਾਈਨ ਵੀ ਉਹਦੇ ਪਿੱਛੇ ਦੇ ਦਿੱਤੀ, ਉੱਥੇ ਉਹ ਸਿੱਧੀ ਕਣਕ ਖਰੀਦੋ। ਇਹ ਜਦੋਂ ਤੱਕ ਤੁਹਾਡੇ ਆਹ ਸਿਸਟਮ ਜਿਹੜਾ ਨਹੀਂ ਟੁੱਟਦਾ, ਫਿਰ ਤੁਹਾਡੀਆਂ ਲਾਈਨਾਂ ਲਵਾ ਕੇ ਮੰਡੀ ਤੋੜਨ ਦਾ ਉਪਰਾਲਾ ਹੋ ਗਿਆ। ਕਹਿ ਕੇ ਦਿੱਤਾ ਸੀ ਵੀ ਜਦੋਂ ਹੁਣ ਸਿੱਧੀ ਪੇਮੈਂਟ ਕਰਨੀ ਹੈ, ਆੜ੍ਹਤੀ ਕੋਲ 20 ਤਰੀਕ ਦੀ ਪੇਮੈਂਟ ਆ ਗਈ। ਆੜ੍ਹਤੀ ਆ ਪਹਿਲਾਂ ਸਾਰੇ ਦੇ ਸਾਰੇ ਪੈਸੇ ਕਿਸਾਨ ਦੇ ਖਾਤੇ 'ਚ ਪਾਊਗਾ, ਉਹ ਰੱਖ ਨਹੀਂ ਸਕਦਾ। ਜੇ ਉਹ ਸਾਰੇ ਪੈਸੇ ਨਹੀਂ ਪਾਊਗਾ ਤਾਂ 21 ਤਰੀਕ ਦੀ ਪੇਮੈਂਟ ਨਹੀਂ ਹੋਣੀ। ਜਦੋਂ ਪਾਊਗਾ, ਸਾਰੇ ਬੈਂਕ ਆਨਲਾਈਨ ਨੇ, ਤੁਸੀਂ ਲੋਨ ਲਿਆ ਹੋਇਆ, ਉਹ ਕਿਸੇ ਬੈਂਕ ਦਾ ਲੋਨ ਆ ਜਾਣਾ ਸਕਰੀਨ 'ਤੇ ਵੀ ਇਹਨੇ ਇਸ ਤੋਂ ਲੋਨ ਲਿਆ। ਪਹਿਲਾਂ ਉਹਨਾਂ ਨੂੰ ਉਹ ਘੱਟ ਲੈਣਾ, ਨਾ ਤੁਹਾਨੂੰ ਪੈਸੇ ਮਿਲਣ ਨਾਲ ਤੁਹਾਨੂੰ ਇਹ ਸਿਸਟਮ ਇੰਸਟਰਕਸ਼ਨ ਹੋ ਗਈ ਸੀ। ਭਾਵੇਂ ਪਰਸੋਂ ਚੌਥੇ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਹਾਲੇ ਰੋਕ ਲਓ, ਕਿਉਂਕਿ ਇਲੈਕਸ਼ਨ ਆ ਕੇ ਡਰਦੇ ਨੇ। ਪਰ ਇਹਨਾਂ ਦਾ ਮਨ ਸਾਨੂੰ ਪਤਾ ਲੱਗੀ ਜਾ ਰਿਹਾ ਵੀ ਇਹ ਕਿੱਧਰ ਨੂੰ ਜਾ ਰਹੇ ਨੇ। ਜੇ ਇਸ ਤਰ੍ਹਾਂ ਦਾ ਸਿਸਟਮ ਹੋ ਜਾਂਦਾ ਤਾਂ ਮੈਨੂੰ ਨਹੀਂ ਸਮਝ ਆ ਰਹੀ। ਪੰਜਾਬ ਨੇ ਪਿਛਲੀ ਫਸਲ ਝੋਨੇ ਦੀ 180 ਲੱਖ ਟਨ ਮੰਡੀ ਅੱਜ ਵੇਚੀ ਹੈ, ਪ੍ਰਾਈਵੇਟ ਖਰੀਦ 4 ਲੱਖ ਟਨ ਹੋਈ ਹੈ, 176 ਲੱਖ ਟਨ ਗਵਰਨਮੈਂਟ ਏਜੰਸੀ ਨੇ ਖਰੀਦ ਕੀਤੀ ਹੈ। ਇੱਥੇ ਕਿਹੜਾ ਵੱਡਾ ਵਪਾਰੀ ਹੈ ਜਿਹੜਾ ਪੰਜਾਬ ਦੀ 180 ਲੱਖ ਟਨ 20 ਦਿਨਾਂ ਵਿੱਚ 25 ਦਿਨਾਂ ਵਿੱਚ ਝੋਨੇ ਨੂੰ ਸਾਂਭਣਾ? ਕੋਈ ਇੱਕ ਵੀ ਨਹੀਂ। ਅਤੇ ਫਿਰ ਕੀ ਹੋਊ ਜੇ ਸਰਕਾਰ ਮਾਰਕੀਟ 'ਚ ਨਾ ਆਵੇ ਤਾਂ ਤੁਹਾਡੀ ਜਿਣਸ ਦਾ ਭਾਅ ਅੱਧਾ ਵੀ ਨਹੀਂ ਦੇਣਾ, ਰੋਲ ਕੇ ਮਾਰ ਦੇਣਗੇ ਅਗਲੇ। ਮੈਨੂੰ ਇਹਦੀ ਚਿੰਤਾ ਹੈ, ਤੁਹਾਡੀ 125 ਲੱਖ ਟਨ ਕਣਕ ਹੈ, ਕਿਹੜੀ ਕਿਹੜੀ ਐਡੀ ਵੱਡੀ ਕੰਪਨੀ ਹੈ ਜਿਹੜੀ ਸਾਰੇ ਪੰਜਾਬ ਵਿੱਚ ਆਪਣਾ ਨੈਟਵਰਕ ਖੜ੍ਹਾ ਕਰਕੇ ਤੁਹਾਡੀਆਂ ਟਰਾਲੀਆਂ ਲਾਓ, ਸਾਫ਼ ਕਰਾਓ, ਫਿਰ ਉਹਦੀ ਤੁਲਾਈ ਕਰਾਓ, ਤੁਹਾਡੇ ਸਾਹਮਣੇ 125 ਲੱਖ ਟਨ ਸਾਂਭ ਕੇ ਗੋਦਾਮਾਂ 'ਚ ਪਹੁੰਚਾਓ ਅਤੇ ਫਿਰ ਉਹ ਤੁਹਾਨੂੰ ਪੇਮੈਂਟ ਕਰੋ? ਕੋਈ ਕੰਪਨੀ ਨਹੀਂ ਹੈ। ਜਿੱਦਣ ਸਰਕਾਰ ਪਿੱਛੋਂ ਨਿਕਲ ਗਈ, ਤੁਹਾਡੀ ਕਣਕ ਕਿਸੇ ਨੇ 700 ਨੂੰ ਨਹੀਂ ਪੁੱਛਣੀ, ਤਾਂ ਉਸ ਪਾਸੇ ਨੂੰ ਜਾ ਰਹੇ ਸੀ। ਸਾਡੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਚਾਹੇ ਕਿਸੇ ਪੋਲੀਟੀਕਲ ਪਾਰਟੀ 'ਚ ਹੈ, ਮੈਨੂੰ ਬੇਨਤੀ ਕਰਾਂਗਾ ਜਿਸ ਤਰ੍ਹਾਂ ਦਾ ਅੱਜ ਜਿਹੜਾ ਚੋਰ ਹੁੰਦਾ ਨਾ, ਉਹ ਡਰਪੋਕ ਪਾਉਂਦਾ ਹੁੰਦਾ, ਉੱਪਰੋਂ ਬੋਰ ਮਾਰਦਾ ਹੁੰਦਾ, ਇਹਨਾਂ ਨੂੰ ਜਿਹੜੇ ਬਿਊਰੋਕ੍ਰੇਸੀ ਹੈ ਜਾਂ ਸਾਡੇ ਦਫ਼ਤਰਾਂ ਵਾਲੇ ਮੁਲਾਜ਼ਮ ਬਦਕਿਸਮਤੀ ਇਹ ਹੋ ਗਈ ਹੈ, ਸੁਭਾਅ ਇਹ ਬਣ ਗਿਆ, ਕਹਿੰਦੇ ਜਦੋਂ ਨੌਕਰੀ ਨਹੀਂ ਮਿਲਦੀ ਉਹ ਤਾਂ ਹਾੜੇ ਕੱਢਦੇ ਫਿਰਦੇ ਨੇ, ਜਾਂ ਨੌਕਰੀ ਮਿਲਦੀ ਕਹਿੰਦੇ ਤਨਖਾਹ ਤਾਂ ਬਾਪੂ ਵਾਲੀ ਹੈ, ਕੰਮ ਕਰਨ ਦੇ ਸਾਨੂੰ ਪੈਸੇ ਅੱਡ ਦਿਓ, ਇਹ ਸੁਭਾਅ ਬਣ ਗਿਆ, ਤੁਹਾਨੂੰ ਖਰਾਬ ਕਰਦੇ ਨੇ। ਫਿਰ ਤੁਸੀਂ ਇੱਕ ਅੱਧੀ ਵਾਰੀ ਜਾ ਕੇ ਅਗਲੇ ਨੂੰ ਪਿਆਰ ਨਾਲ ਸਮਝਾ ਕੇ ਦੇਖੋ, ਅਤੇ ਜਦੋਂ ਤੁਸੀਂ ਯੂਨੀਅਨ ਦਾ ਨਾਂ ਲੈ ਕੇ ਕਹੋਗੇ ਨਾ ਮੈਂ ਯੂਨੀਅਨ ਦਾ ਪ੍ਰਧਾਨ ਆਇਆ, ਉਦੋਂ ਹੀ ਹਿੱਲ ਜਾਂਦੇ ਨੇ, ਤੁਹਾਨੂੰ ਫੇਸ ਨਹੀਂ ਕਰਨਗੇ। ਬੜੀ ਵੱਡੀ ਤਾਕਤ ਹੈ ਤੁਹਾਡੇ ਪਿੱਛੇ, ਜਦੋਂ ਤੁਸੀਂ ਜਾ ਕੇ ਕਹੋਗੇ ਤੁਹਾਡਾ ਕੰਮ ਨਹੀਂ ਕੋਈ ਰੁਕਣ ਵਾਲਾ। ਇੱਕ ਦੂਜੀ ਆਹ ਬੈਜ ਲਾ ਕੇ ਜਾਓਗੇ ਨਾ, ਉਹਨਾਂ ਨੇ ਤੁਹਾਨੂੰ ਪ੍ਰਧਾਨ ਕਹਿਣ ਦੀ ਵੀ ਲੋੜ, ਉਹਨਾਂ ਨੂੰ ਪਹਿਲਾਂ ਰੌਲਾ ਪਾ ਦੇਣਾ, ਆ ਜਾਓ ਜੀ ਪ੍ਰਧਾਨ ਜੀ ਆ ਜਾਓ। ਪਰ ਨਾਲ ਮੇਰੀ ਬੇਨਤੀ ਹੈ ਵੀ ਇਹ ਬਣਾਉਂਦੇ ਵੀ ਬੈਜ ਲਾ ਕੇ ਕਿਤੇ ਸ਼ਰਾਬ ਪੀ ਕੇ ਅਲਰਨ ਕਰਦਾ, ਠੀਕ ਹੈ, ਮੈਂ ਉਹਦੀ ਹਮੇਸ਼ਾ ਵਿਰੋਧਤਾ ਕਰਦਾ, ਉਹਦੇ ਨਾਲ ਉਹਦੀ ਸਾਰੀ ਜਥੇਬੰਦੀ ਦੀ ਬਦਨਾਮੀ ਹੁੰਦੀ ਹੈ। ਆਹ ਪ੍ਰਧਾਨ ਹੈ ਜਥੇਬੰਦੀ ਦਾ, ਤਾਂ ਇਹ ਤੁਹਾਡੇ 'ਤੇ ਇੱਕ ਜ਼ਿੰਮੇਵਾਰੀ ਹੈ। ਕੁਛ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਦੇ ਜਿਹੜੇ ਉਹ ਬਣਾ ਕੇ ਪੂਰੀ ਟੀਮ ਹਰੇਕ ਬਲੋਕ ਦੀ ਬਣਾਓ ਅਤੇ ਫਿਰ ਕੰਮ ਵੰਡ ਲਿਆ ਕਰੋ। ਵੀ ਕਿਤੇ ਬਿਜਲੀ ਦੇ ਮਹਿਕਮੇ ਦੇ ਕੰਮ ਕਰਨੇ ਜਾਂ ਤੂੰ ਕਰਕੇ ਆ, ਪ੍ਰਧਾਨ ਦਾ ਕੰਮ ਹੁੰਦਾ ਉਹਨੇ ਡਾਇਰੈਕਸ਼ਨ ਦੇਣੀ ਹੈ, ਉਹਨੇ ਕੰਮ ਕਰਵਾਉਣਾ ਹੈ, ਨਿਗਾਹ ਰੱਖਣੀ ਹੈ ਵੀ ਠੀਕ ਕੰਮ ਹੋ ਰਿਹਾ, ਕਿਤੇ ਗਲਤ ਤਾਂ ਨਹੀਂ ਕਰੀ ਜਾਂਦੇ ਨਾਲ ਦੇ ਉਹਦੇ। ਅਤੇ ਜੇ ਕਿਸੇ ਨੂੰ ਤਸੀਲ 'ਚ ਕੰਮ ਹੈ ਜਾਂ ਵੀ ਫਲਾਣੇ ਤੂੰ ਕਰਾ ਕੇ, ਉਹਨੂੰ ਇੰਟਰੋਡਿਊਸ ਕਰਾ ਦਿਉ ਮਹਿਕਮੇ ਵਾਲਿਆਂ ਨੂੰ ਵੀ ਆਹ ਸਾਡੇ ਵੱਲੋਂ ਆਇਆ ਕਰੂਗਾ ਬਾਈ, ਅਤੇ ਮੈਂ ਪ੍ਰਧਾਨ ਹਾਂ, ਪਰ ਆਹ ਬੰਦਾ ਸਾਡਾ ਤਸੀਲ 'ਚ ਕੰਮ ਕਰਾਇਆ ਕਰੂਗਾ, ਆਹ ਬੰਦਾ ਸਾਡਾ ਬਿਜਲੀ ਦੇ ਕੰਮ ਕਰਾਇਆ ਕਰੂਗਾ, ਆਹ ਸਾਡਾ ਕਿਸੇ ਹੋਰ ਮਹਿਕਮੇ ਦਾ ਕੰਮ ਕਰਾਇਆ ਕਰੂ। ਅਤੇ ਜੇ ਤੁਹਾਡੇ ਨਾ ਹੋਵੇ ਤਾਂ ਫਿਰ ਜ਼ਿਲ੍ਹੇ ਵਾਲੇ ਦੀ ਡਿਊਟੀ, ਜੇ ਉਹਨਾਂ 'ਤੇ ਨਾ ਹੋਵੇ ਤਾਂ ਮੈਂ ਬੈਠਾ, ਮੇਰੇ ਜ਼ਿੰਮੇ ਲਾਇਓ, ਜਿਹੜਾ ਮੈਂ ਕਰ ਸਕਦਾ ਮੈਂ ਹਾਜ਼ਰ।
ਤੇ ਜੇ ਸਟੇਟ ਲੈਵਲ ਤੇ ਕੋਈ ਕੰਮ ਹੁੰਦਾ ਉੱਥੇ ਅਸੀਂ ਹੋਰ ਸਾਰੇ ਜ਼ਿਲ੍ਹਿਆਂ ਤੋਂ ਆਉਂਦੇ ਨੇ ਮੇਰੇ ਕੋਲ ਕੰਮ ਜਿਹੜੇ ਇੱਥੋਂ ਨਹੀਂ ਹੁੰਦੇ, ਪਰ ਉੱਥੇ ਅਸੀਂ ਟੀਮ ਬਣਾ ਕੇ ਉੱਥੇ ਵੀ ਕੋਸ਼ਿਸ਼ ਕਰਦੇ ਹਾਂ। ਇਹਨੂੰ ਸਿਰਫ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਜ਼ਿੰਮੇਵਾਰੀ ਚੱਕਣੀ ਹੈ। ਨਿਰੀ ਪ੍ਰਧਾਨਗੀ ਤੱਕ ਨਾ ਲਿਓ, ਬਹੁਤ ਵੱਡੀ ਜ਼ਿੰਮੇਵਾਰੀ। ਐਵੇਂ ਨਹੀਂ ਕਿਸੇ ਨੂੰ ਪ੍ਰਧਾਨ ਬਣਾਉਂਦਾ ਜਿਹਦੇ ਵਿੱਚ ਕੁਛ ਦਿਸਦਾ ਹੁੰਦਾ, ਇਹ ਵੀ ਕੁਦਰਤੀ ਬਖਸ਼ਿਸ਼ ਹੈ। ਜਿਹਦੇ ਵਿੱਚ ਕੁਛ ਦਿਸਦਾ ਹੁੰਦਾ ਉਹਨੂੰ ਵੀ ਬਣਾਉਂਦੇ ਨੇ ਵੀ ਇਹ ਕੁਛ ਕਰ ਸਕਦੇ, ਅਤੇ ਉਹ ਲੋਕਾਂ ਦੀ ਆਸ 'ਤੇ ਪੂਰਾ ਉਤਰਨ ਦੀ ਵੀ ਕੋਸ਼ਿਸ਼ ਕਰਿਓ। ਬਹੁਤ ਬਹੁਤ ਧੰਨਵਾਦ। ਕਿਉਂਕਿ ਇਨਸਾਨ ਉਦੋਂ ਜ਼ਰੂਰ ਉਹ ਸਮਾਂ ਯਾਦ ਆਉਂਦਾ ਜਦੋਂ ਤੁਸੀਂ ਗੱਲ ਕੋਈ ਸੁਣ ਰਹੇ ਹਾਂ ਵਿੱਚ ਕਿਸੇ ਨੇ ਬਹਿ ਹੀ ਜਾਣਾ, ਤੁਸੀਂ ਵਿੱਚ ਜਿਹੜੀ ਜੀਪ ਹੋਣੀ ਅਤੇ ਜੇ ਕੈਂਪ ਦੇ ਵਿੱਚ ਲੈ ਕੇ ਜਾਣਾ ਤਾਂ ਦੌੜ ਕੇ ਮੁੜ ਕੇ ਉੱਥੇ ਜਾ ਕੇ ਉਹ ਦੋਵੇਂ ਪਾਰਟੀਆਂ ਬੈਠੀਆਂ ਹੋਈਆਂ ਮੇਰੇ ਕੋਲ ਛੁੱਟ ਕੇ ਦੋਵਾਂ ਦੇ ਕੰਮ ਜਾ ਕੇ ਕਰ ਜਾਣਾ। ਅਤੇ ਪਰ ਗੁਰੂ ਪਿਆਰੇ ਸਾਹਿਬ ਸਾਹਿਬ ਜਦੋਂ ਮਿਹਨਤ ਆਪਾਂ ਕਰਦੇ ਤੁਰੇ ਗਏ ਅਤੇ ਇਹੋ ਜਿਹਾ ਸਮਾਂ ਵੀ ਤੁਹਾਨੂੰ ਪਤਾ ਹੀ ਆਪਾਂ ਦੇਖਿਆ ਵੀ ਜਿਹਦੇ ਵਿੱਚ ਸਾਧਨ ਨਾ ਸੀ ਹੁੰਦੇ, ਬੰਦੇ ਚਾੜਦੇ ਤਾਂ ਇਹਨਾਂ ਨੂੰ ਲੈ ਕੇ ਇਕੱਠੇ ਤਾਂ ਸੱਦੇ ਦੇ ਦਿੱਤੇ, ਇਕੱਠੇ ਦਾ ਗੱਲ ਹੈ ਉਹਨਾਂ ਨੂੰ ਬਿਠਾ ਕੇ। ਪਰ ਇਸਦੇ ਰਾਜੇਵਾਲ ਸਾਹਿਬ ਤੋਂ ਤੁਹਾਨੂੰ ਅਸੀਂ ਮਿਹਨਤ ਮੌਤ ਪਾ ਰਹੇ ਹਾਂ ਬਈ ਜਿਵੇਂ ਤੁਸੀਂ ਬੈਠ ਕੇ ਗੱਲ ਕੀਤੀ ਆ, ਅਸੀਂ ਸਾਰੇ ਲਾਵਾਂਗੇ ਔਰ ਲਾ ਕੇ ਜਾਇਆ ਕਰਾਂਗੇ, ਪਰ ਥੋੜ੍ਹਾ ਜਿਹਾ ਹਜੇ ਸਾਨੂੰ ਇਹਨਾਂ ਨੂੰ ਐਕਟਿਵ ਬੰਦਿਆਂ ਨੂੰ ਕਰ ਲੈਣ ਦਿਓ, ਇਹਨਾਂ ਨੇ ਹੋ ਜਾਏ ਜਦੋਂ ਐਕਟਿਵ ਹੋ ਗਿਆ ਦਫ਼ਤਰਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ। ਮੈਂ ਕਿਹਾ ਜਾਂ ਤੁਹਾਡੇ ਇਲਾਕੇ 'ਚ ਮੈਂ ਅੱਜ ਵੀ ਗੱਲ ਕਰਦਾ ਸੀ ਵੀ ਉੱਥੇ ਕਿਸਾਨ ਯੂਨੀਅਨ ਆ ਦੂਜੇ ਮੁਲਾਜ਼ਮ ਜਥੇਬੰਦੀਆਂ ਦੀ ਸਪੋਰਟ ਕਰ ਰਹੇ ਹਾਂ, ਜਿਵੇਂ ਡੀ ਐਸ ਪੀ ਮਰਿਆ ਜੈਤੋ ਉੱਥੇ ਦੇਖਿਆ ਕਿਸਾਨ ਯੂਨੀਅਨ ਨੇ, ਇਹੋ ਜਿਹੇ ਵੱਖ ਵੱਖ ਧਰਨਿਆਂ ਦੇ ਵਿੱਚ ਜਾ ਕੇ ਯੂਨੀਅਨਾਂ ਸਪੋਰਟ ਕਰ ਰਹੀਆਂ, ਜਿਹੜੇ ਕੰਮ ਕਿਸਾਨਾਂ ਦੇ ਨਹੀਂ ਜਾਣੇ ਉਹਨਾਂ ਦੇ ਵਿੱਚ ਵੀ ਸਪੋਰਟ ਕਰਕੇ ਉਹਨਾਂ ਲੋਕਾਂ ਨੂੰ ਵੀ ਕਾਮਯਾਬੀ ਦਵਾ ਰਹੀ ਹਾਂ। ਕਿਉਂਕਿ ਹਰ ਇਨਸਾਨ ਦਾ ਫਰਜ਼ ਬਣਦਾ ਕਿ ਅਸੀਂ ਹਰ ਬੰਦੇ ਦੀ ਮਦਦ ਕਰਨੀ ਆ, ਅਤੇ ਆਪ ਜੀ ਨੂੰ ਧਰਮ ਵਿੱਚ ਜਾਣ ਲਈ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਹਾਂ। ਵੱਧ ਤੋਂ ਵੱਧ ਬਣਤੀ ਅਸੀਂ ਪੱਖਿਆਂ ਦੀ ਕਿਰਪਾਲਤਾ ਕਰਾਂਗੇ, ਅਤੇ ਮੈਂ ਚਾਚਾ ਮਹਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਉਹ 2 ਮਿੰਟ ਵਾਸਤੇ ਆ ਜਾਣ, ਅਤੇ ਚਲੋ ਉਹਨਾਂ ਨੇ ਜਵਾਬ ਦਿੱਤਾ ਗਾਲਾਂ ਠੀਕ ਨਹੀਂ ਤਾਂ, ਅਤੇ ਹੁਣ ਮੈਂ ਬੇਨਤੀ ਕਰਦਾ ਹਾਂ ਸਰਦਾਰ ਅਮਰਿੰਦਰ ਸਿੰਘ ਉਹਨਾਂ ਨੂੰ ਉਹ ਆਪਣਾ ਚਿਹਰਾ ਦਿਖਾਉਣ, ਬਲਿਹਾਰ ਸਿੰਘ ਹੋਣੀ ਦੱਸਿਆ ਵੀ ਚਲੋ ਬੜੇ ਹਿੰਮਤੀ ਸੀਗੇ ਪਿੱਛੇ ਵੀ ਜਦੋਂ ਜਾਣਾ ਆਉਣਾ ਪੈਂਦਾ ਬੜੀ ਮਿਹਨਤ ਕਰਦੇ ਆ, ਉਹ ਗਿਆ ਸਾਡੇ ਨਾਲ ਹੋਣਾ ਸੀ। ਅੱਛਾ ਚਲੋ ਉਸ ਤੋਂ ਆਪਾਂ ਉਹਨਾਂ ਦੀ ਗੱਲ ਜ਼ਰੂਰੀ ਕੰਮ ਬਲਧਾਰ ਸਿੰਘ ਜੀ ਆਓ ਤੁਸੀਂ ਉਹਨਾਂ ਦਿਨ ਚਾਹੀਏ ਕੋਈ ਗੱਲ ਨਹੀਂ, ਜਦੋਂ ਨਹੀਂ ਮੇਰਾ ਮੂੰਹ ਦੇ ਜਾਓਗੇ ਤੁਹਾਨੂੰ ਉਹਨਾਂ ਨੂੰ ਤੋੜ ਦਵਾਂਗੇ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ। ਟੋਟਲ ਕਰਜ਼ਾ ਮਾਫੀ ਦਾ ਵਾਅਦਾ ਸੀ, ਹੁਣ 2.5 ਏਕੜ 5 ਏਕੜ ਦੀਆਂ ਘੁੰਤਰਾਂ ਪਾਈਆਂ ਜਾ ਰਹੀਆਂ। ਕਿਹਾ ਜਾ ਰਿਹਾ ਵੀ ਜਿਸ ਘਰ 'ਚੋਂ ਕੋਈ ਮੁਲਾਜ਼ਮ ਉਹਦਾ ਨਹੀਂ ਮਾਫ਼ ਕਰਨਾ, ਜਿੱਥੇ ਕੋਈ ਕਿਸੇ ਦਾ ਕੋਈ ਹੋਰ ਕਾਰੋਬਾਰ ਉਹ ਨਹੀਂ ਮਾਫ਼ ਕਰਨਾ, ਬਹਾਨੇ ਲੱਭੇ ਜਾ ਰਹੇ ਨੇ ਕਿਵੇਂ ਇਹਦੇ ਵਿੱਚੋਂ ਨਿਕਲਿਆ ਜਾਏ। ਔਰ ਅਸਲੀਅਤ ਇਹ ਹੈ ਵੀ ਜਿੰਨਾ ਹੁਣ ਤੱਕ ਜੋ ਕਹਿੰਦੇ ਨੇ ਅਸੀਂ ਮਾਫ਼ ਕੀਤਾ ਹੇਠਾਂ ਤਾਂ ਪਹੁੰਚਿਆ ਨਹੀਂ ਕੁਛ, ਪਰ ਉਹਦੇ ਨਾਲੋਂ ਵੱਧ ਤਾਂ ਕਿਸਾਨਾਂ ਦੇ ਉੱਤੇ ਭਾਰ ਪਾ ਦਿੱਤਾ ਗਿਆ। 1% ਮਾਰਕੀਟ ਫੀਸ ਔਰ 1% ਰੂਰਲ ਡਿਵੈਲਪਮੈਂਟ ਫੰਡ ਲਾ ਕੇ 900 ਕਰੋੜ ਰੁਪਈਏ ਦਾ ਕਿਸਾਨਾਂ 'ਤੇ ਭਾਰ ਪਾ ਦਿੱਤਾ ਗਿਆ। ਕਿਸਾਨਾਂ ਦੇ ਉੱਤੇ ਨਹਿਰੀ ਪਾਣੀ ਦਾ 500 ਰੁਪਈਆ ਫੀ ਏਕੜ ਹਰੇਕ ਫਸਲ ਦਾ ਉਹ ਆਵਿਆਂ ਨਾਲ ਲਾ ਦਿੱਤਾ। ਬਿਜਲੀ ਦੇ ਜਿਹੜੇ ਬਿੱਲ ਸੀ ਪਹਿਲਾਂ 12% ਵਧਾਏ, ਹੁਣ 2% ਹੋਰ ਵਧਾ ਕੇ 1050 ਕਰੋੜ ਰੁਪਈਏ ਦੀ ਆਪਣੀ ਆਮਦਨ ਵਧਾ ਲਈ। ਅਤੇ ਕਿਸਾਨਾਂ ਦੇ ਦੁੱਧ ਦੇ ਰੇਟ 2 ਵਾਰੀ ਇਸ ਵਾਰੀ ਪਹਿਲੀ ਵਾਰੀ ਹੋਇਆ ਵੀ ਇਹਨਾਂ ਦਿਨਾਂ ਦੇ ਵਿੱਚ ਦੁੱਧ ਦੇ ਰੇਟ ਕਦੇ ਨਹੀਂ ਸੀ ਘੱਟਦੇ ਹੁੰਦੇ, ਅਤੇ ਇਸ ਸਰਕਾਰ ਨੇ ਦੁੱਧ ਦੇ ਰੇਟ 6 ਰੁਪਏ ਲੀਟਰ ਤੱਕ ਘਟਾ ਤੇ।
ਔਰ ਇਹਤੋਂ ਬਿਨਾਂ ਪਿਛਲੇ ਸਾਲ ਦੇ ਹਾਲੇ ਗੰਨੇ ਦੇ ਪੈਸੇ 43 ਕਰੋੜ ਰੁਪਈਆ ਸਰਕਾਰ ਵੱਲ ਬਕਾਇਆ ਖੜ੍ਹਾ ਅਤੇ ਨਵੇਂ ਪੈਸੇ ਜਿਹੜੇ ਹੁਣ ਐਸ ਹੁਣ ਮੈਨੂੰ ਲੱਗ ਡਰ ਹੈ ਕਿ ਹੁਣ ਤੱਕ ਦੇ ਜਿਹੜਾ ਗੰਨਾ ਵੇਚਿਆ ਪੈਸੇ ਦੇਈ ਗਏ ਅਖੀਰਲੀਆਂ ਜਿਹੜੀਆਂ ਟਰਾਲੀਆਂ ਨੇ ਉਹਨਾਂ ਦੇ ਪੈਸੇ ਫਿਰ ਫਸ ਜਾਣੇ, ਉਹ ਵੀ ਕਿਸਾਨਾਂ ਨੂੰ ਨਹੀਂ ਮਿਲ ਰਹੇ। ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ 'ਤੇ ਅਸੀਂ 22 ਤਾਰੀਖ ਤੋਂ ਚੰਡੀਗੜ੍ਹ 'ਚ ਲਗਾਤਾਰ ਧਰਨਾ ਦੇਣ ਜਾ ਰਹੇ ਹਾਂ, ਜਿੱਥੇ ਅਸੀਂ ਕੈਲੰਡਰ ਜਾਰੀ ਕਰਨ ਲਈ ਸਰਕਾਰ 'ਤੇ ਦਬਾਅ ਪਾਵਾਂਗੇ ਕਿ ਉਹ ਆਪਣਾ ਕੈਲੰਡਰ ਜਾਰੀ ਕਰੇ, ਕਿਹੜੀ ਮੰਗ ਉਹਨਾਂ ਨੇ ਕਦੋਂ ਪੂਰੀ ਕਰਨੀ ਹੈ, ਕਦੋਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ, ਕਦੋਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਆ, ਖਾਤੇ 'ਚ ਕਿਵੇਂ ਪੈਸੇ ਆਉਣਗੇ, ਆਹ ਜਿਹੜੇ ਵਾਧੂ ਭਾਰ ਪਏ ਆ ਕਿਵੇਂ ਵਿਡਰਾ ਕਰਨੇ ਆ, ਦੁੱਧ ਦੇ ਰੇਟ ਕਿਵੇਂ ਵਧਾਉਣੇ ਆ, ਇਹ ਸਾਰੀਆਂ ਗੱਲਾਂ ਦੇ ਉੱਤੇ 22 ਤਾਰੀਖ ਤੋਂ ਉੱਥੇ ਲਗਾਤਾਰ ਧਰਨਾ ਚੱਲੇਗਾ ਅਤੇ ਅਗਲਾ ਫੈਸਲਾ ਫਿਰ ਉੱਥੋਂ ਨਿਕਲਿਆ। ਇੱਥੇ ਜਿੰਨੀ ਚੋਣ ਹੋ ਰਹੀ ਹੈ, ਜੇ ਸਾਡੇ ਨਾਲ ਵਰਤਾਓ ਅੱਛਾ ਨਹੀਂ ਹੋਏਗਾ, ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲੇਗਾ, ਤਾਂ ਅਸੀਂ ਸਰਕਾਰ ਵਾਲਿਆਂ ਦੇ ਖਿਲਾਫ਼ ਵੀ ਫੈਸਲਾ ਲੈ ਸਕਦੇ ਹਾਂ। ਹਾਲੇ ਫੈਸਲਾ ਲਿਆ ਨਹੀਂ, ਪਰ ਫਿਰ ਵੀ ਇਹ ਸਰਕਾਰ ਨੂੰ ਚੇਤਾਵਨੀ ਹੈ ਵੀ ਜੇ ਕਿਸਾਨਾਂ ਦੇ ਕੁਛ ਪੱਲੇ ਨਾ ਪਾਇਆ, ਟਰਕਾਉਣ ਦੀ ਕੋਸ਼ਿਸ਼ ਕੀਤੀ, ਤਾਂ ਜਿਮਨੀ ਚੋਣ ਵਿੱਚ ਅਸੀਂ ਵਿਰੋਧ ਵੀ ਕਰਾਂਗੇ। ਕੁਛ ਨਿਯੁਕਤੀਆਂ ਕੀਤੀਆਂ ਜੋੜੇ ਕੋਲ? ਹਾਂ, ਕੁਛ ਨਵੇਂ ਬਲਾਕਾਂ ਦੇ ਪ੍ਰਧਾਨ ਨਿਯੁਕਤ ਕੀਤੇ ਨੇ, ਉਹਨਾਂ 'ਤੇ ਜ਼ਿੰਮੇਵਾਰੀਆਂ ਪਾਈਆਂ, ਲਿਸਟ ਤੁਹਾਡੇ ਕੋਲ ਸੀ। ਸਰ ਸੁਖਦਿਆਲ ਸਿੰਘ ਬਲਾਕ ਜਲੰਧਰ ਤੋਂ, ਜਲੰਧਰ ਈਸਟ ਤੋਂ, ਸਰ ਕੁਲਵਿੰਦਰ ਸਿੰਘ ਸੰਧੜ ਬਲਾਕ ਨੂਰਮਹਿਲ ਤੋਂ, ਸਰ ਸਤਨਾਮ ਸਿੰਘ ਕੂਨਰ ਬਲਾਕ ਰੁੜਕਾ, ਸਰ ਬਲਿਹਾਰ ਸਿੰਘ ਨਕੋਦਰ ਬਲਾਕ ਤੋਂ ਇਹ ਪ੍ਰਧਾਨ ਨਿਯੁਕਤ ਕੀਤੇ ਨੇ ਜਥੇਬੰਦੀ ਦੇ ਐਡਹੋਕ, ਅਤੇ ਬਾਕੀ ਆਪਣੀ ਟੀਮ ਜਿਹੜੀ ਹੈ ਜਨਰਲ ਸੈਕਟਰੀ ਮੀਤ ਪ੍ਰਧਾਨ ਖਜਾਨਚੀ, ਉਹ ਆਪਣੇ ਆਪੋ ਆਪਣੇ ਇਲਾਕੇ 'ਚੋਂ ਨਾਲ ਕਿਸਾਨਾਂ ਨੂੰ ਜੋੜ ਕੇ ਆਪਣੀ ਟੀਮ ਨੂੰ ਕੰਮ ਕਰ ਰਹੇ ਨੇ। ਥੈਂਕ ਯੂ।